ਪਿਆਰਿਓ ਮਜ਼ੇਵਲੀ ਗੱਲ ਨਹੀਂ ਬਲਕੇ ਲਤੀਫਾ ਨਹੀਂ ਕਿ ਕੌਮੀ ਅਸੈਂਬਲੀ ਮੌਜੂਦ ਹੀ ਨਹੀਂ ਨਿਗਰਾਨ ਹਕੂਮਤ ਚੱਲਣ ਢਈ ਏ ਤੁਹਾਡੇ ਕਾਈਂਡ ਨੋਟਿਸ ਦੇ ਵਿੱਚੇ ਬਈ ਅਸੈਂਬਲੀਆਂ ਤਹਿਲੀਲ ਹੋ ਚੁਕੀਆਂ ਹੋਈਆਂ ਨੇ ਤਾਈਓਂ ਹੀ ਤੇ ਨਿਗਰਾਨ ਬੈਠੇ ਨੇ ਨਾ ਤੇ ਪਿਆਰਿਓ ਕੇਅਰ ਟੇਕਰ ਹਕੂਮਤ ਦੇ ਹੁੰਦਿਆਂ ਹੋਇਆਂ ਅਸੈਂਬਲੀ ਦਾ ਇਜਲਾਸ ਵੀ ਇੱਕ ਨਹੀਂ ਹੋਇਆ ਅਸੈਂਬਲੀ ਮੌਜੂਦ ਕੋਈ ਨਹੀਂ ਲੇਕਿਨ ਪਿਛਲੇ 6 ਮਹੀਨਿਆਂ ਦੇ ਵਿੱਚ 2 ਅਰਬ 69 ਲੱਖ ਰੁਪਏ ਦੇ ਅਸੈਂਬਲੀ ਸੈਕਟਰੀਏਟ ਦੇ ਵਿੱਚ ਖਰਾਜਾਤ ਹੋਏ ਨੇ ਫੇਰ ਪਿਆਰਿਓ 58 ਲੱਖ ਰੁਪਇਆ ਓਵਰਟਾਈਮ ਲੈ ਲਿਆ ਉਸ ਅਸੈਂਬਲੀ ਦਾ ਜਿਹੜੀ ਇਹ ਅਸੈਂਬਲੀ ਮੌਜੂਦ ਹੀ ਨਹੀਂ ਉਹਦਾ ਵਜੂਦ ਹੀ ਕੋਈ ਨਹੀਂ ਉੱਥੇ ਅਫਸਰਾਨੇ ਆਲਾ ਸਾਡੇ ਸਿਵਲ ਸਰਵੈਂਟਸ ਸਾਡੇ ਖਾਦਮ ਆਵਾਮ ਦੇ ਉਹਨਾਂ 8 ਲੱਖ ਰੁਪਇਆ ਵੇਲੇਆਂ ਰਹਿਣ ਦਾ ਓਵਰਟਾਈਮ ਲੈ ਲਿਆ ਪਿਆਰਿਓ ਇਹ ਵੇਖੋ ਕਿਸ ਤਰ੍ਹਾਂ ਤੁਹਾਡੀ ਸਾਡੀ ਖidmat ਗਰੀਬ ਆਵਾਮ ਦੀ ਕੀਤੀ ਜਾ ਰਹੀ ਏ ਇਸ ਪਿਆਰੇ ਪਾਕਿਸਤਾਨ ਦੇ ਵਿੱਚ ਹੁਣ ਸਿਆਣੇ ਬਣ ਜਾਓ ਹੁਣ ਕੁਛ ਤੇ ਸੋਚਿਆ ਕਰੋ ਵੀ ਸਾਡੇ ਨਾਲ ਹੁੰਦਾ ਕੀ ਏ ਪਿਆ ਤੇ ਪਿਆਰੇ ਪਾਕਿਸਤਾਨ ਦੇ ਤੇ ਪਾਕਿਸਤਾਨੀਆਂ ਦੇ ਹਾਲਾਤ ਵੀ ਤਾਂ ਹੀ ਬਦਲਣਗੇ ਜੇ ਇੰਤਿਹਾਬਾਤ ਬਰਵਕਤ ਹੋਣ 14 ਕਰੋੜ ਤੇ 53 ਲੱਖ ਰੁਪਈਆ ਸੈਸ਼ਨ ਜਿਹੜਾ ਕੌਮੀ ਅਸੈਂਬਲੀ ਦਾ اجلاس ਹੁੰਦਾ ਏ ਉਹਦੇ اجلاس ਦੇ ਅਟ ਅਲਾਉਂਸ ਹੁੰਦੇ ਨੇ ਅਲਾਉਂਸਸ ਉਹਨੂੰ ਆਖਦੇ ਨੇ ਸੈਸ਼ਨ ਅਲਾਉਂਸ ਉਹ ਪਿਆਰਿਓ ਕਿੰਨਾ ਲੱਲਿਆ ਗਿਆ ਏ 14 ਕਰੋੜ ਤੇ 53 ਲੱਖ ਰੁਪਈਆ ਸੈਸ਼ਨ ਅਲਾਉਂਸ ਵਸੂਲ ਕਰ ਲਿੱਤੇ ਗਏ ਨੇ ਜਦੋਂ ਕਿ ਇੱਕ اجلاس ਹੋਇਆ ਹੀ ਨਹੀਂ ਉਹ ਕੌਮੀ ਅਸੈਂਬਲੀਓ ਹੀ ਕੋਈ ਨਹੀਂ ਤੇ اجلاس ਕਿੱਥੇ ਹੋਣਾ ਸੀ ਉਹ ਕੀ ਭਾਅ ਵਿਕਦਾ ਏ ਦਾਲ ਤੇ ਆਟਾ ਝਾਤੀ ਭਾਅ 100 ਦਾ ਵੰਜ 95 ਘਾਟਾ ਝਾਤੀ ਭਾਅ ਔਰ ਰੁੱਲਦੀ ਦਾੜੀ ਖਸਦਾ ਝਾਟਾ ਝਾਤੀ ਪਾ ਤੇ ਹੋ ਗਿਆਂ ਹੁਣ ਉੱਲੂ ਬਾਟਾ ਝਾਤੀ ਪਾ ਤੇ ਸਾਡਾ ਵੀ ਕੁਝ ਸੋਚ ਜਵਾਨਾ ਕੀ ਕਰੀਏ ਉਹ ਸਾਡੇ ਦੇਸ਼ ਦੇ ਨਿਗਰਾਨਾ ਕੀ ਕਰੀਏ ਤੇ ਕੰਦਾਂ ਦੇ ਵਿੱਚ ਪੈ ਗਏ ਭਾੜੇ ਲੁੱਟੇ ਗਏ ਤੇ ਚਿੱਟੇ ਚਾਨਣ ਦਿਨੇ ਦਿਹਾੜੇ ਲੁੱਟੇ ਗਏ ਤੇ ਨੇੜੇ ਹੋ ਕੇ ਸੁਣ ਜਾ ਹਾੜੇ ਲੁੱਟੇ ਗਏ ਇਨ ਅਫਸਰਾਂ ਹੱਥੋਂ ਅਸੀਂ ਵਿਚਾਰੇ ਲੁੱਟੇ ਗਏ ਤੇ ਇਸ ਤਰੱਕੀ ਦਾ ਸ਼ੁਕਰਾਨਾ ਕੀ ਕਰੀਏ ਉਹ ਸਾਡੇ ਦੇਸ਼ ਦੇ ਆ ਨਿਗਰਾਨਾ ਕੀ ਕਰੀਏ ਤੇ ਕੌਮ ਦੇ ਆ ਹਮਦਰਦ ਇਨਸਾਨਾਂ ਕੀ ਕਰੀਏ ਮੁਲਕ ਦੇ ਹੁਕਮਰਾਨ ਤੇ ਅਸਲੇ ਤੁਸੀਂ ਕੌਮੀ ਅਸੈਂਬਲੀ ਤੇ ਤਹਲੀਲ ਹੋ ਚੁੱਕੀ ਹੋਈ ਹੈ ਤੇ ਇਹ 2 ਅਰਬ ਤੇ ਉਹਨਾਂ 39 ਲੱਖ ਰਿਕਵਰ ਕਰਕੇ ਕੌਮੀ ਖਜ਼ਾਨੇ 'ਚ ਜਮ੍ਹਾਂ ਕਰਾ ਲਓ ਤਾਂ ਸਾਡਾ ਬਿੱਲ ਮਾਫ਼ ਕਰੋ ਗਰੀਬਾਂ ਦੇ ਬਿੱਲ ਪਰ ਯੂਨਿਟ 4 ਰੁਪਏ 12 ਪੈਸੇ ਨਾ ਵਧਾਓ ਕਿਸੇ ਦੇ ਪੱਲੇ ਪੈਸੇ ਹੋਣ ਤੇ ਆ ਕੇ ਕੋਈ ਸ਼ੈ ਖਰੀਦੇ ਰੋਟੀ ਪੂਰੀ ਨਹੀਂ ਹੁੰਦੀ ਪਈ ਵਜ਼ੀਰ ਆਜ਼ਮ ਸਾਹਿਬ ਪਰ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਜਾਣ ਸਕਦੇ ਆਪ ਕਿਹਾ ਜਾਣੇ ਕਿ ਕੀ ਹੁੰਦੀ ਹੈ ਸ਼ਬ ਕੀ ਤਲਖੀਆਂ ਆਪਕੇ ਘਰ ਚਾਂਦਨੀ ਬਨਕਰ ਉਤਰ ਜਾਂਦੀ ਹੈ ਰਾਤ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ-ਮਗਫੂਰ ਫਰਮਾ ਗਏ ਸਨ ਹੁਕਮਰਾਨਾਂ ਦੇ ਲਈ ਭਈ ਤੂੰ ਕੀ ਜਾਣੇ ਭੁੱਖ ਨੰਗ ਨੂੰ ਤੂੰ ਕੀ ਜਾਣੇ ਤੰਗੀ ਤੇ ਤੂੰ ਕੀ ਜਾਣੇ ਕਿਵੇਂ ਗੁਜ਼ਾਰੇ ਖਲਕਤ ਭੁੱਖੀ ਨੰਗੀ ਆਪਣੇ ਹਾਲਾਤ ਬਦਲਣ ਦੇ ਲਈ ਜਿਹੜਾ ਅਸੀਂ ਪਹਿਲਾ ਪੈਰ ਪੁੱਟਣਾ ਹੈ ਉਹ ਇਲੈਕਸ਼ਨਸ ਨੇ ਉਹ ਵੋਟ ਪਾਉਣਾ ਹੈ ਅਸੀਂ ਇਹ ਪਹਿਲਾ ਸਟੈਪ ਚੁੱਕਾਂਗੇ ਤੇ ਅੱਗੋਂ ਇਨਸ਼ਾਅੱਲਾ ਖੁਸ਼ਹਾਲੀ ਦੀ ਮੰਜ਼ਲ ਵੱਲ ਜਾਵਾਂਗੇ ਨਾ ਇਸ ਵਾਸਤੇ ਪਹਿਲਾ ਕਦਮ ਆਪਣੀ ਹਾਲਤ ਬਦਲੰਦਾ ਸਾਨੂੰ ਆਪ ਸਹੀ ਸੇਮਤ ਵੱਲ ਪੁੱਟਣਾ ਪਵੇਗਾ प्यारे देखने वालों अस्सलाम वालेकुम व रहमतुल्लाह साहिब अल्लाह पाक सच्चे साहिब ਦੇ ਹਜ਼ੂਰ ਸਾਡੀ ਇਸਤਦਾ ਹੈ ਸਾਡੀ ਬੇਨਤੀ ਹੈ ਕਿ ਸੱਚਾ ਸਾਈ ਤੁਹਾਡੇ ਤੇ ਸਾਡੇ ਤੇ ਤੇ ਸਾਡੇ ਪਿਆਰੇ ਪਾਕਿਸਤਾਨ ਦੇ ਉੱਤੇ ਆਪਣੀਆਂ ਖੂਸੀ ਨਵਾਜ਼ਸ਼ਾਦ ਕਰੇ ਕੁੱਲ نبی پاک ਸੱਚੇ ਸਾਈ ਦੀ ਉਮਤ ਨੂੰ ਸ਼ਾਦ ਤੇ ਆਬਾਦ ਰੱਖੇ ਤੇ ਉਹ ਸਭ ਦਾ ਖਾਲਕ ਕੁਰਅ ਅਰਜ਼ ਦੇ ਉੱਤੇ ਵਸਣ ਵਾਲੇ ਸਾਰੇ ਇਨਸਾਨਾਂ ਦਾ ਭਲਾ ਕਰੇ ਸਭ ਦੀ ਖੈਰ ਕਰੇ ਪਿਆਰਿਓ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਇਵਾਨੇ ਬਾਲਾ ਯਾਨੀ ਸੈਨੇਟ ਦੇ ਵਿੱਚ ਇੰਤਿਹਾਬਾਦ ਦੇ ਇਲਤਵਾ ਬਾਰੇ ਜਿਹੜੀ 14 ਸੈਨੇਟਰਜ਼ ਦੇ ਵੱਲੋਂ ਇਕਕਰਾਰ ਦਾਦ ਪੇਸ਼ ਕੀਤੀ ਗਈ ਜਾਂ ਮਨਜ਼ੂਰ ਕੀਤੀ ਗਈ ਉਹਦੇ ਪੇਸ਼ ਕੀਤੇ ਜਾਣ ਦੇ باوجود ਪਿਆਰਿਓ ਸਾਨੂੰ ਅੱਲਾ ਪਾਕ ਸੱਚੇ ਸਾਹਿਬ ਦੇ ਘਰੋਂ ਯਕੀਨ ਹੈ ਤੇ ਆਪਣੇ ਹੁਕਮਰਾਨਾਂ ਵੱਲੋਂ ਆਪਣੀ ਮਕਤਦਰਾ ਵੱਲੋਂ ਵੀ ਆਸ ਹੈ ਕਿ ਇੰਤਖਾਬਾਂ ਇਨਸ਼ਾਅੱਲਾ ਬਰਵਕਤ ਪਾਕਿਸਤਾਨ ਦੇ ਵਿੱਚ ਇਨਕਾਦ ਪਜ਼ੀਰ ਹੋਣਗੇ ਪਿਆਰਿਓ ਇਹ ਬਾਝਾ ਹੈ ਬਾਜ਼ ਕੋਨਿਆਂ ਖੁਦਰਿਆਂ ਦੇ ਵਿੱਚੋਂ ਅਫਵਾਵਾਾਂ ਅਜਈਆਂ ਛੱਡੀਆਂ ਜਾਂਦੀਆਂ ਨੇ ਜਿਹਦੇ ਨਾਲ ਇੱਕ ਅਨਸਰਟੇਨਿਟੀ ਜਾਂ ਇੱਕ ਬੇਯਕੀਨੀ ਦੀ ਸੂਰਤ ਹਾਲ ਜਈ ਪੈਦਾ ਹੋ ਜਾਂਦੀ ਏ ਆਵਾਮ ਵੀ ਸੋਚੀ ਪੈ ਜਾਂਦੇ ਨੇ ਕਿ ਹੋਰੇ ਇਲੈਕਸ਼ਨਜ਼ ਹੋਣੇ ਨੇ ਕਿ ਨਹੀਂ ਹੋਣੇ ਲੇਕਿਨ ਸਾਨੂੰ ਆਪਣੇ ਚੀਫ ਜਸਟਿਸ ਆਫ ਪਾਕਿਸਤਾਨ ਦੇ ਉੱਤੇ ਆਪਣੇ ਇਦਾਰਿਆਂ ਦੇ ਉੱਤੇ ਇਹ ਤਮਾਦ ਹੋਣਾ ਚਾਹੀਦਾ ਹੈ ਜਦੋਂ ਹਰ ਪਾਸਿਓਂ ਅਲਹਮਦੁਲਿਲਾ ਇੱਕੋ ਹੀ ਆਵਾਜ਼ ਆ ਰਹੀ ਹੈ ਕਿ ਇੰਤਖਾਬਾਤ ਬਰ ਵਕਤ ਹੋਣਗੇ ਤੇ ਇਨਸ਼ਾ ਅੱਲਾ ਅੱਲਾ ਪਾਕ ਸੱਚਾ ਸਾਈ ਸੱਚਾ ਸਾਹਿਬ ਅਜੇ ਹਾਲਾਤ ਵੀ ਪੈਦਾ ਕਰ ਦੇਗਾ ਔਰ ਸਭ ਤੋਂ ਵੱਡੀ ਗੱਲ ਇਹ ਵੇ ਕਿ ਸਾਡੇ ਸਾਰੇ ਇਕਨੋਮਿਸਟ ਸਾਡੇ ਸਾਰੇ ਮਾਇਸ਼ਦਾਨ ਮਾਹਿਰਿ ਨੇ ਇਕਤਸਾਦੀਆਤ ਇਸ ਗੱਲ ਦੇ ਉੱਤੇ ਮੁਸਰ ਨੇ ਇصرਾਰ ਕਰ ਰਹੇ ਨੇ ਕਿ ਇੰਤਹਾਬات ਹੀ واحد ملک ਦੇ ਵਿੱਚ ਮਾਅਸ਼ੀ استحکام ਦੀ ਸੂਰਤ ਹੈ ਨਵੀਂ ਹਕੂਮਤ ਜਿਹੜੀ ਆਏਗੀ ਕਿਉਂਕਿ ਉਹ ਇੱਕ 5 ਸਾਲ ਦੇ ਵਾਸਤੇ ਬਰਸਰੇ ਇਕਤਦਾਰ ਆਏਗੀ ਤੇ ਉਹਨੂੰ ਅਕਵਾਮ ਹੈ ਆਲਮ ਦੇ ਨਾਲ ਦੀਗਰ ਮਮਾਲਕ ਦੇ ਨਾਲ ਬੈਰੂਨ ਮਮਾਲਕ ਦੇ ਵਿੱਚ ਮੌਜੂਦ ਇਨਵੈਸਟਰਸ ਦੇ ਨਾਲ ਮੁਆਹਦੇ ਕਰਨ ਦੇ ਵਾਸਤੇ ਵੀ ਬਵਾਕੇ ਮੁਯਸਰ ਹੋਣਗੇ ਔਰ ਫਾਰਨ ਫੰਡਿੰਗ ਵੀ ਸਾਡੇ ਫਿਰ ਮੁਲਕ ਦੇ ਵਿੱਚ ਬੈਰੂਨ ਮਮਾਲਕ ਤੋਂ ਜਿਹੜੀ ਸਰਮਾਇਆਕਾਰੀ ਆਏਗੀ ਇਨਵੈਸਟਮੈਂਟ ਆਏਗੀ ਉਹ ਵੀ ਤਦ ਹੀ ਮੁਮਕਿਨ ਹੋਏਗੀ ਤੇ ਪਿਆਰੇ ਪਾਕਿਸਤਾਨ ਦੇ ਤੇ ਪਾਕਿਸਤਾਨੀਆਂ ਦੇ ਹਾਲਾਤ ਵੀ ਤਾਹੀਂ ਬਦਲਣਗੇ ਜੇ ਇੰਤਹਾਬਾਤ ਬਰਵਕਤ ਹੋਣ ਇਹ ਤੇ ਮੁਆਸ਼ੀ ਸੱਟੇ ਬਾਜ਼ਾਂ ਦੀ ਤੇ ਮਨਸੂਬਾ ਸਾਜ਼ਾਂ ਦੀ ਗੱਲ ਬਾਤ ਹੈ ਯਾਨੀ ਇਹ ਉਹਨਾਂ ਦੇ ਅਕਵਾਲ ਨੇ ਉਹ ਇੰਜ ਆਖਦੇ ਨੇ ਦੂਜੇ ਪਾਸੇ ਪਿਆਰਿਓ ਅੱਲਾ ਪਾਕ ਖੈਰ ਖਰੀਅਤ ਦੇ ਇੰਤਹਾਬਾਤ ਲਿਆਵੇ ਔਰ ਇਹ ਇੰਤਹਾਬੀ ਅਮਲ ਮਕਮਲ ਹੋਣ ਤੋਂ ਬਾਅਦ ਸਾਡੇ ਉਹ ਸਿਆਸਤਦਾਨ ਜਿਹੜੇ ਕਿ ਇنتਹਾਬਾਦ ਦੇ ਵਿੱਚ ਹਿੱਸਾ ਲੈਣ ਦੇ ਚਾਹੀਵਾਨ ਨੇ ਤੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ عوام ਦੀ ਖਿਦਮਤ ਕਰਨ ਦੇ ਜਜ਼ਬੇ ਨਮੂ ਪਾ ਰਹੇ ਨੇ ਜਿਨ੍ਹਾਂ ਨੂੰ بڑا ਸ਼ੌਕ ਹੈ ਉਹਨਾਂ ਦੇ ਦਿਮਾਗਾਂ ਦੇ ਵਿੱਚ ਦਿਲਾਂ ਦੇ ਵਿੱਚ ਇੱਕ ਜੋਸ਼ ਪਾਇਆ ਜਾ ਰਿਹਾ ਹੈ ਕਿ ਛੇਤੀ ਉਹ ਬਰਸਰੇ ਇਕਤਦਾਰ ਆ ਕੇ ਤੇ ਗਰੀਬ ਆਵਾਮ ਦੀ ਹਾਲਤ ਸਵਾਰ ਦੇਣ ਜੇ ਉਹਨਾਂ ਨੂੰ ਆਪਣੀ ਹਾਲਤ ਸਵਾਰਨ ਤੋਂ ਫੁਰਸਤ ਮਿਲੀ ਆਪਣੀ ਸ਼ਿਕਮ ਪਰਵਰੀ ਤੋਂ ਉਫਾਰਗ ਹੋਏ ਤੇ ਸਾਨੂੰ ਵੀ ਆਸ ਉਮੀਦ ਤੇ ਹੈ ਕਿ ਸ਼ਾਇਦ ਸਾਡੀ ਹਾਲਤ ਬਦਲ ਜਾਏ ਗਰੀਬਾਂ ਦੀ ਪਾਕਿਸਤਾਨ ਦੇ ਆਵਾਮ ਦੀ ਪਾਕਿਸਤਾਨ ਦੀ ਲੇਕਿਨ ਅੱਲਾਹ ਪਾਕ ਦੇ ਇੱਕ ਵਲੀ ਦੀ ਗੱਲ ਮੈਨੂੰ ਜ਼ਰੂਰ ਇਸ ਮੌਕੇ ਦੇ ਉੱਤੇ ਯਾਦ ਆਉਂਦੀ ਏ ਜਦੋਂ ਵੀ ਮੈਂ ਇਸ ਤਰ੍ਹਾਂ ਦੀ ਆਸ ਉਮੀਦ ਲਾਨਾ ਵਾਂ ਆਪਣੇ ਹੁਕਮਰਾਨਾਂ ਤੋਂ ਤੇ ਉਹ ਅੱਲਾਹ ਵਾਲੇ ਇਹ ਫਰਮਾਉਂਦੇ ਹੁੰਦੇ ਸਨ ਕਿ ਹੁਕਮਰਾਨਾਂ ਵੀ ਤੁਹਾਡੀ ਹਾਲਤ ਨਹੀਂ ਬਦਲਣਗੇ ਜਿੰਨੀ دیر ਤਾਈ ਤੁਹਾਨੂੰ ਆਪ ਆਪਣੀ ਹਾਲਤ ਬਦਲਣ ਦਾ ਖਿਆਲ ਨਾ ਆਵੇ ਪਿਆਰਿਓ ਅੱਲਾ ਪਾਕ ਸੱਚਾ ਸਾਹਿਬ ਵੀ ਤੇ ਇਹੀ ਫਰਮਾਂਦਾ ਹੈ ਅੱਲਾ ਪਾਕ ਫਰਮਾਉਂਦੇ ਨੇ ਖੁਦਾ ਨੇ આજ ਤੱਕ ਉਸ ਕੌਮ ਕੀ ਹਾਨਤ ਨਹੀਂ ਬਦਲੀ ਨਾ ਹੋ ਜਿਸ ਕੋ ਖਿਆਲ ਆਪ ਆਪਣੀ ਹਾਲਤ ਕੇ ਬਦਲਨੇ ਕਾ ਤੁਹ ਪਿਆਰਿਓ ਇੰਤਹਾ ਬਾਤ ਕੀ ਨੇ ਇਹ ਪਹਿਲਾ ਕਦਮ ਹੈ ਆਪਣੇ ਹਾਲਾਤ ਬਦਲਣ ਦੇ ਲਈ ਜਿਹੜਾ ਅਸੀਂ ਪਹਿਲਾ ਪੈਰ ਪੁੱਟਣਾ ਹੈ ਉਹ ਇਲੈਕਸ਼ਨਸ ਨੇ ਉਹ ਵੋਟ ਪਾਉਣਾ ਹੈ ਅਸੀਂ ਇਹ ਪਹਿਲਾ ਸਟੈਪ ਚੁੱਕਾਂਗੇ ਤੇ ਅੱਗੋਂ ਇਨਸ਼ਾਅੱਲਾ ਖੁਸ਼ਹਾਲੀ ਦੀ ਮੰਜ਼ਲ ਵੱਲ ਜਾਵਾਂਗੇ ਨਾ ਤੇ ਜੇ ਅਸੀਂ ਪਹਿਲਾ ਕਦਮੀ ਪੁੱਠਾ ਚਾ ਲਿਆ ਯਾਨੀ ਅਸੀਂ ਵੋਟ ਹੀ ਅਜੇ ਬੰਦੇ ਨੂੰ ਪਾ ਦਿੱਤਾ ਪਿਆਰਿਓ ਜਿਨੇ ਆਪਣੇ ਬੈਨਰਸ ਦੇ ਉਤੇ ਆਪਣੇ ਪੋਸਟਰਸ ਦੇ ਉਤੇ ਆਪਣੇ ਬਿਲ ਬੋਰਡਸ ਦੇ ਉਤੇ ਆਪਣੇ तमाम ਇਸ਼ਤਿਹਾਰਾਤ ਦੇ ਉਤੇ ਤੇ ਵੱਡਾ ਜੱਲੀ ਹਰੂਫ ਨਾਲ ਲਹਾਇਆ ਹੋਇਆ ਵੇ ਕਿ ਆਵਾਮ ਦਾ ਖਾਦਮ ਲੇਕਿਨ ਸਾਡੀ ਗਲਤ ਸਿਲੈਕਸ਼ਨ ਦੀ ਵਜ੍ਹਾ ਨਾਲ ਉਹ ਕੱਲ ਨੂੰ ਇਹਦੇ ਉਲਟ ਨਿਕਲ ਆਇਆ ਤੇ ਪਠਾ ਸਾਡਾ ਹੀ ਬਹਿਣਾ ਹੈ ਉਹਦਾ ਤੇ ਫਾਇਦਾ ਹੀ ਫਾਇਦਾ ਹੋਣਾ ਇਸ ਵਾਸਤੇ ਪਹਿਲਾ ਕਦਮ ਆਪਣੀ ਹਾਲਤ ਬਦਲੰਦਾ ਸਾਨੂੰ ਆਪ ਸਹੀ ਸੇਮਤ ਵੱਲ ਪੁੱਟਣਾ ਪਵੇਗਾ ਇਹ ਪਿਆਰਿਓ ਸਾਡੇ ਸਿਆਸੀ ਹੁਕਮਰਾਨ ਸਾਡੇ ਅਫੀਸਰਸ ਸਾਡੇ ਸਿਵਲ ਸਰਵੈਂਟਸ ਵੇਖੋ ਇਹ ਜਿਹੜੇ ਸਾਡੇ ਸਿਆਸਤਦਾਨ ਨੇ ਇਹ ਵੀ ਇੰਤਹਾਬ ਬਾਦ ਦੇ ਵਿੱਚ ਆਪਣੀ ਪਬਲਿਸਿਟੀ ਦੀ ਹਰ ਸੂਰਤ ਜਿਹੜੀ ਵੀ ਇਹ ਇਖਤਿਆਰ ਕਰਦੇ ਨੇ ਉਹਦੇ ਉੱਤੇ ਆਵਾਮੀ ਖਾਦਮ ਲਹਾੰਦੇ ਨੇ ਆਪਣੇ ਆਪ ਨੂੰ ਤੇ ਸਾਡੇ ਬਿਊਰੋਕ੍ਰੇਟਸ ਜਿਹੜੇ ਨੇ ਉਹਨਾਂ ਦਾ ਵੀ ਇੱਕ ਟਾਈਟਲ ਸਿਵਲ ਸਰਵੈਂਟਸ ਹੁੰਦਾ ਹੈ ਯਾਨੀ ਆਵਾਮ ਦੇ ਖਾਦਮ ਸਿਵਲ ਦੇ ਲੁਕਾਈ ਦੇ ਖਦਮ ਲੇਕਿਨ ਇਹ ਖidmat ਆਵਾਮ ਦੀ ਕਿਸ ਤਰ੍ਹਾਂ ਕਰਦੇ ਨੇ ਇਹ ਸਿਵਲ ਸਰਵੈਂਟਸ ਜਿਹੜੇ ਨੇ ਇਹ ਸਾਡੀ ਅਫਸਰ ਸ਼ਾਹੀ ਜਿਹੜੀ ਹੈ ਜਿਹਦੇ ਲਈ ਇੱਕ ਹਰਫ ਨੌਕਰ ਸ਼ਾਹੀ ਵੀ ਵਰਤਿਆ ਜਾਂਦਾ ਹੈ ਯਾਨੀ ਨੌਕਰ ਨੇ ਲੇਕਿਨ ਸਾਡੇ ਨਾਲ ਨੌਕਰ ਹੋਣ ਦੇ ਬਾਵਜੂਦ ਸਲੂਕ ਬਾਦਸ਼ਾਹਾਂ ਵਾਲਾ ਕਰਦੇ ਨੇ ਇਹ ਕਿਸ ਤਰ੍ਹਾਂ ਸਾਡੇ ਖਿਦਮਤ ਕਰਦੇ ਨੇ ਇੱਕ ਖਬਰ ਅੱਜ ਮੇਰੀ ਨਜ਼ਰ ਤੋਂ guzri ਸੁਬਾ ਸੁਬਾ ਉਹ ਖਬਰ ਮੈਂ ਪੜੀ ਰੋਜ਼ਨਾਮਾ ਦੁਨੀਆ ਦੇ ਵਿੱਚ ਉਹ ਖਬਰ ਹੀ ਮੁਹਰਰਕ ਬਣੀ ਐਸ ਗੱਲ ਬਾਤ ਦੀ ਜਿਹੜੀ ਮੈਂ ਤੁਹਾਡੇ ਹਜ਼ੂਰ ਪੇਸ਼ ਪਿਆ ਕਰਨਾ ਵਾ ਸਾਡੇ ਸਿਆਸਤਦਾਨ ਸਾਡੀ ਕਿਸ ਤਰ੍ਹਾਂ ਖਿਦਮਤ ਕਰਦੇ ਨੇ ਉਹ ਤਾਂ ਰੋਜ਼ ਤੁਸੀਂ ਸੁਣਦੇ ਹੋ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਅਖਬਾਰਾਂ ਦੇ ਵਿੱਚ ਹਰ ਰੋਜ਼ ਲੇਕਿਨ ਕਿਸੇ ਕਿਸੇ ਵੇਲੇ ਸਾਡੇ ਸਿਵਲ ਸਰਵੈਂਟਸ ਵੀ ਸਾਡੀ ਅਜਾਈ ਖਿਦਮਤ ਕਰਦੇ ਨੇ ਕਿ ਸਿਆਸਤਦਾਨਾਂ ਦੀਆਂ ਆਵਾਮੀ ਖਿਦਮਾਤ ਵੀ ਸਾਨੂੰ ਹੇਚ ਲੱਗਣ ਲੱਗ ਪੈਂਦੀਆਂ ਲੋ ਇਹ ਖਬਰ ਪਹਿਲੇ ਸੁਣੋ ਜਿਹੜੀ ਕਿ ਰੋਜ਼ਨਾਮਾ ਦੁਨੀਆ ਦੇ ਵਿੱਚ ਅੱਜ ਛਪੀ ਏ ਤੇ ਉਸ ਤੋਂ ਬਾਅਦ ਇਸ ਖਬਰ ਦਾ ਤਜਜ਼ੀਆ ਵੀ ਕਰਨੇ ਆ प्यारे देखने वालों आज 7 जनवरी 2024 है ਤੇ ਅੱਜ ਦੇ ਰੋਜ਼ਨਾਮਾ ਦੁਨੀਆ ਦੇ ਬੈਕ ਪੇਜ ਦੇ ਉੱਤੇ ਇੱਕ ਡਬਲ ਕਾਲਮ ਖਬਰ छपी ਹੋਈ ਹੈ ਜਿਹਨੂੰ ਰਿਪੋਰਟਰ ਐਸ ਐਮ ਜ਼ਮਾਨ ਸਾਹਿਬ ਨੇ ਰਿਪੋਰਟ ਕੀਤਾ ਹੈ اسلام آباد ਤੋਂ ਇੱਕ ਖਬਰ छपी ਹੋਈ ਹੈ ਖਬਰ ਦੀ ਸੁਰਖੀ ਇਹ ਵੇ ਕਿ ਅਸੈਂਬਲੀ ना होने के बावजूद छ माह में दो अरब उनहत्तर लाख रुपए के अखराजात असम्बली ना होने के बावजूद छ माह में दो अरब उनहत्तर लाख अखराजात सोलह करोड़ पच्चीस लाख एजाजी तनख्वाहों और ओवरटाइम की मद में उनसठ लाख की वसूली सेशन अलाउंस की मद में भी चौदह करोड़ तिरपन लाख वसूल अड़सठ लाख वफूद अखराज कौमी असम्बली तहलील होने के बावजूद असम्बली सेकट्रिएट ने रवा माली साल दो हज़ार तेईस चौबीस के छ माह में दो अरब उनहत्तर लाख रुपए अखराजात किए अफसरान व मुलाजमीन ने छ माह में सोलह करोड़ पच्चीस लाख रुपए एजाजी तनख्वाहों जबकि ओवरटाइम की मद में उनसठ लाख रुपए वसूल किए मुलाजमीन ने कौमी असंबली सेशन न होने के बावजूद सेशन अलाउंस की मद में चौदह करोड़ तिरपन लाख वसूल किए हैं यूटिलिटी अलाउंस इलेक्ट्रिसिटी की मद में इक्कीस करोड़ तैतीस लाख पेट्रोलियम मसनूआत की मद में मजमूरी तौर पर तीन करोड़ तैतालीस लाख उनासी हजार रुपये अखराजात किए गए खाने की मद में तीन करोड़ बत्तीस लाख रुपये के अखराज हुए कौमी असम्बली सेकट्रीट ने हुकाम के बैरून ममालिक दौरों की मद में नौ करोड़ छप्पन लाख रुपये और बैरून ममालिक से पाकिस्तान दौरे पर आने वाले वफूद पर 6841000 روپے اخراجات کیے ہیں ਲੋ ਜੀ ਸਜਣੋ ਤੇ ਮਿੱਤਰੋ ਤੁਸੀਂ ਸਾਰੀ ਖਬਰ ਵੇਖੀ ਵੀ ਸਾਡੀ ਸਕਰੀਨ ਦੇ ਉੱਤੇ ਤੇ ਸਮਾਤ ਵੀ ਫਰਮਾਈ ਪਿਆਰਿਓ ਮਜ਼ੇ ਵਾਲੀ ਗੱਲ ਨਹੀਂ ਬਲਕਿ ਲਤੀਫਾ ਨਹੀਂ ਕਿ ਕੌਮੀ ਅਸੈਂਬਲੀ ਮੌਜੂਦ ਹੀ ਨਹੀਂ ਨਿਗਰਾਨ ਹਕੂਮਤ ਚੱਲਣ ਢਈ ਹੈ ਤੁਹਾਡੇ ਕਾਈਂਡ ਨੋਟਿਸ ਦੇ ਵਿੱਚੇ ਭਈ ਅਸੈਂਬਲੀਆਂ ਤਹਿਲੀਲ ਹੋ ਚੁਕੀਆਂ ਹੋਈਆਂ ਨੇ ਤਾਈਓਂ ਹੀ ਤੇ ਨਿਗਰਾਨ ਬੈਠੇ ਨੇ ਨਾ ਤੇ ਪਿਆਰਿਓ ਕੇਅਰ ਟੇਕਰ ਹਕੂਮਤ ਦੇ ਹੁੰਦਿਆਂ ਹੋਇਆਂ ਅਸੈਂਬਲੀ ਦਾ اجلاس ਵੀ ਇੱਕ ਨਹੀਂ ਹੋਇਆ ਅਸੈਂਬਲੀ ਮੌਜੂਦ ਕੋਈ ਨਹੀਂ ਲੇਕਿਨ ਪਿਛਲੇ 6 ਮਹੀਨਿਆਂ ਦੇ ਵਿੱਚ 2 ਅਰਬ 69 ਲੱਖ ਰੁਪਏ ਦੇ ਅਸੈਂਬਲੀ ਸੈਕਟਰੀਏਟ ਦੇ ਵਿੱਚ ਖਰਾਜਾਤ ਹੋਏ ਨੇ ਮਿੱਠਿਓ ਤੁਸੀਂ ਮਜ਼ੇ ਦੀ ਗੱਲ ਵੇਖੋ ਭਈ 16 ਕਰੋੜ 5 ਲੱਖ ਰੁਪਈਆ ਅਜ਼ਾਦੀ ਤਨਖਾਹਾਂ ਦੀ ਮਦਦ ਦੇ ਵਿੱਚ ਅਫਸਰਾਂ ਤੇ ਮੁਲਾਜ਼ਮੀਨ ਨੇ ਵਸੂਲ ਕੀਤਾ ਹੈ ਅਸਲ ਤਨਖਾਹਾਂ ਤੋਂ ਅੱਡ ਅਜ਼ਾਦੀ ਤਨਖਾਹਾਂ ਦੀ ਮਦਦ ਦੇ ਵਿੱਚ ਕਿੰਨਾ 16 ਕਰੋੜ ਦੇ ਪੰਗੀ ਲੱਖ ਫੇਰ ਪਿਆਰਿਓ 59 ਲੱਖ ਰੁਪਇਆ ਓਵਰਟਾਈਮ ਲੈ ਲਿਆ ਉਸ ਅਸੈਂਬਲੀ ਦਾ ਜਿਹੜੀ ਅਸੈਂਬਲੀ ਮੌਜੂਦ ਹੀ ਨਹੀਂ ਉਹਦਾ ਵਜੂਦ ਹੀ ਕੋਈ ਨਹੀਂ ਉਥੇ ਅਫਸਰਾਨੇ ਆਲਾ ਸਾਡੇ ਸਿਵਲ ਸਰਵੈਂਟਸ ਸਾਡੇ ਖਾਦਮ ਆਵਾਮ ਦੇ 59 ਲੱਖ ਰੁਪਇਆ ਵੇਲੇਆਂ ਰਹਿਣ ਦਾ ਓਵਰਟਾਈਮ ਲੈ ਲਿਆ ਪਿਆਰਿਓ ਏ ਵੇਖੋ ਕਿਸ ਤਰ੍ਹਾਂ ਤੁਹਾਡੀ ਤੇ ਸਾਡੀ خدمت ਗਰੀਬ ਆਵਾਮ ਦੀ ਕੀਤੀ ਜਾ ਰਹੀ ਏ ਇਸ ਪਿਆਰੇ ਪਾਕਿਸਤਾਨ ਦੇ ਵਿੱਚ ਹੁਣ ਸਿਆਣੇ ਬਣ ਜਾਓ ਹੁਣ ਕੁਛ ਤੇ ਸੋਚਿਆ ਕਰੋ ਵੀ ਸਾਡੇ ਨਾਲ ਹੁੰਦਾ ਕੀ ਏ ਪਿਆ 14 ਕਰੋੜ ਤੇ 53 ਲੱਖ ਰੁਪਈਆ ਸੈਸ਼ਨ ਜਿਹੜਾ ਕੌਮੀ ਅਸੈਂਬਲੀ ਦਾ اجلاس ਹੁੰਦਾ ਓਦੇ اجلاس ਦੇ ਅਲਾਉਂਸ ਹੁੰਦੇ ਨੇ ਅਲਾਉਂਸਸ ਉਨੂੰ ਆਖਦੇ ਨੇ ਸੈਸ਼ਨ ਅਲਾਉਂਸ ਉਹ ਪਿਆਰਿਓ ਕਿੰਨਾ ਲੇਲਿਆ ਗਿਆ ਏ 14 ਕਰੋੜ ਤੇ 53 ਲੱਖ ਰੁਪਈਆ ਸੈਸ਼ਨ ਅਲਾਉਂਸ ਵਸੂਲ ਕਰ ਲਿੱਤੇ ਗਏ ਨੇ ਜਦੋਂ ਕਿ ਇੱਕ اجلاس ਹੋਇਆ ਹੀ ਨਹੀਂ ਉਹ ਕੌਮੀ ਅਸੈਂਬਲੀ ਹੋਈ ਕੋਈ ਨਹੀਂ ਤੇ اجلاس ਕਿੱਥੇ ਹੋਣਾ ਸੀ ਕੋਈ ਗੱਲ ਸਮਝ ਲੱਗੀ ਜੇ ਕੋਈ ਵੰਡ ਕਰ ਲਿਆ ਕਰੋ ਕਿ ਸਾਡੀ ਆਵਾਮ ਦੀ ਗਰੀਬਾਂ ਦੀ ਦੌਲਤ ਸਾਡੇ ਟੈਕਸਾਂ ਦੇ ਨਾਲ ਭਰਿਆ ਜਾਣ ਵਾਲਾ ਜਿਹੜਾ ਖਜ਼ਾਨਾ ਹੈ ਉਹ ਕਿੱਥੇ ਖਾਲੀ ਹੁੰਦਾ ਪਿਆ ਹੈ ਅੱਗੇ ਪਿਆਰੋ ਹੋਰ ਵੇਖੋ ਕਿ 21 ਕਰੋੜ ਤੇ 33 ਲੱਖ ਰੁਪਈਆ ਯੂਲਟ ਯੂਟਿਲਿਟੀ ਅਲਾਉਂਸਸ ਤੇ ਇਲੈਕਟ੍ਰਿਸਿਟੀ ਦੀ ਮਦਦ ਦੇ ਵਿੱਚ ਅਖਰਾਜਾਤ ਆਏ ਨੇ ਖਰਚ ਕੀਤਾ ਗਿਆ ਹੈ 21 ਕਰੋੜ 33 ਲੱਖ ਰੁਪਈਆ ਅਸੈਂਬਲੀ ਮੌਜੂਦ ਕੋਈ ਨਹੀਂ ਇਜਲਾਸ ਇੱਕ ਨਹੀਂ ਹੋਇਆ ਪਿਆਰਿਓ ਇਹ 2 ਅਰਬ ਤੇ 69 ਲੱਖ ਰੁਪਏ ਦੇ ਜਿਹੜੇ ਖਰਾਜਾਤ ਆਏ ਨੇ ਇਹਨਾਂ ਦੇ ਵਿੱਚ ਹੋਰ ਵੀ ਨੇ ਉਹਨਾਂ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਦੁੱਖ ਦੀ ਗੱਲ ਤੇ ਇਹ ਵੇ ਕਿ 4-5 ਦਿਨ ਪਹਿਲੇ ਸਾਡੇ ਗਰੀਬ ਆਵਾਮ ਦੇ ਉੱਤੇ ਮੌਜੂਦਾ ਕੇਅਰ ਟੇਕਰ ਸਾਡੇ ਹੁਕਮਰਾਨਾਂ ਨੇ ਮਜ਼ੀਦ ਬਿੱਲਾਂ ਦੇ ਵਿੱਚ ਵਾਧਾ ਕਰਕੇ ਇੱਕ ਨਵੀਂ ਬਿਜਲੀ ਗਰਾਈ 4 ਰੁਪਏ 12 ਪੈਸੇ ਫੀ ਯੂਨਿਟ ਹੋਰ ਬਿਜਲੀ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਗਿਆ ਪਿਆਰਿਓ ਗਰੀਬਾਂ ਦੇ ਖੂਨ ਦਾ ਤੇ ਆਖਰੀ ਕਤਰਾ ਵੀ ਨਿਚੋੜਨ ਦੇ ਵਾਸਤੇ ਸਾਡੇ ਆਵਾਮ ਪਰਵਰ ਹੁਕਮਰਾਨ ਬੜੇ ਹੀ ਪੁਰਜੋਸ਼ ਹੁੰਦੇ ਨੇ ਹਰ ਵੇਲੇ ਤਿਆਰ ਰਹਿੰਦੇ ਨੇ ਲੇਕਿਨ ਇਹਨਾਂ ਨੂੰ ਅਜੇ ਇਖਤਿਆਰ ਅਖਰਾਜਾਤ ਨਜ਼ਰ ਨਹੀਂ ਆਉਂਦੇ ਜਿਹੜੇ ਇਹਨਾਂ ਦੀ ਅਫਸਰशाही ਇਹਨਾਂ ਦੀ ਨਕਦ ਥੱਲੇ عوام ਦੇ ਖਜ਼ਾਨੇ ਦੇ ਵਿੱਚੋਂ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਬਿਲਾ ਵਜ੍ਹਾ ਕਰੀ ਜਾ ਰਹੀ ਏ ਲਓ ਜੀ ਪਿਆਰੇ ਵੇਖਣ ਵਾਲਿਓ ਸਾਡੇ ਅਸੈਂਬਲੀ ਸੈਕਟਰੀਏਟ ਦੇ ਅਮਾਲ ਨੇ ਅਫਸਰਾਨ ਨੇ ਮੁਲਾਜ਼ਮੀਆਂ ਨੇ ਤੇ ਅਹਿਲਕਾਰਾਨ ਨੇ 14 ਕਰੋੜ ਤੇ 53 ਲੱਖ ਦੇ ਜਿਹੜੇ ਉਹ ਖਰਚੇ ਕੀਤੇ ਨੇ ਉਹਨਾਂ ਅਸੈਂਬਲੀ ਇਜਲਾਸਾਂ ਦੇ ਖਰਚੇ ਕੀਤੇ ਨੇ ਜਿਹੜੇ ਕਿ ਇਜਲਾਸ ਮੁਨਕਦ ਹੀ ਨਹੀਂ ਹੋਏ ਕੌਮੀ ਅਸੈਂਬਲੀ ਹੋਈ ਕੋਈ ਨਹੀਂ ਸੀ ਤੇ ਇਜਲਾਸ ਕਿੱਥੋਂ ਮੁਨਕਦ ਹੋਣਾ ਸੀ ਲੇਕਿਨ ਇਹਨਾਂ ਪਿਆਰਿਆਂ ਨੇ ਇਹਨਾਂ ਸਾਡਿਆਂ ਸਾਹਿਬਾਂ ਨੇ ਇਹਨਾਂ ਆਵਾਮੀ ਖਾਦਮਾਂ ਨੇ ਇਹਨਾਂ ਸਿਵਲ ਸਰਵੈਂਟਸ ਨੇ ਪਿਆਰਿਓ 14 ਕਰੋੜ 53 ਲੱਖ ਰੁਪਈਆ ਅਸੈਂਬਲੀ ਦੇ اجلاسਾਂ ਦੀ ਮੱਦ ਦੇ ਵਿੱਚ ਵਸੂਲ ਕਰ ਲਿਆ ਖਰਚ ਕਰ ਛੜਿਆ ਉਹਨਾਂ اجلاسਾਂ ਦੀ ਮੱਦ ਦੇ ਚ ਜਿਹੜੇ ਜਲਾਸ ਹੋਏ ਕੋਈ ਨਹੀਂ ਪਿਆਰਿਓ ਸਾਡੇ ਸਰਦਾਰ ਭਰਾ ਜਿਹੜੇ ਨੇ ਸਿੱਖ ਇਹ ਬੜੇ ਭੋਲੇ ਹੁੰਦੇ ਨੇ ਇਹਨਾਂ ਦੇ ਬੜੇ ਬੜੇ ਪਿਆਰੇ ਲਤੀਫੇ ਅਸਾਂ ਬਣਾਏ ਨੇ ਉਹਨਾਂ ਵੀ ਸਾਡੇ ਬਣਾਏ ਹੋਣੇ ਨੇ ਲੇਕਿਨ ਅਸਾਂ ਵੀ ਸਿੱਖਾਂ ਆਪਣੇ ਆ ਭਰਾਵਾਂ ਦੇ ਬੜੇ ਲਤੀਫੇ ਬਣਾਏ ਨੇ ਇੱਕ ਸਰਦਾਰ ਹੋਰੀ ਸਨ ਤੇ ਅੱਲਾ ਸਾਈ ਨੇ ਵਾ ਵਾ ਉਹਨਾਂ ਨੂੰ ਨਿਵਾਜ਼ ਦਿੱਤਾ ਉਹਨਾਂ ਬੜੀ ਵੱਡੀ ਕੋਠੀ ਬਣਾਈ ਤੇ ਉਹਨਾਂ ਦਾ ਇੱਕ ਦੋਸਤ ਮਿਲਣ ਆ ਗਿਆ ਉਹਨੂੰ ਪਤਾ ਲੱਗਾ ਵੀ ਮੇਰੇ ਯਾਰ ਨੇ ਬੜੀ ਵੱਡੀ ਕੋਠੀ ਬਣਾਈ ਹੈ ਫਾਰਮ ਹਾਊਸ ਬਣਾਇਆ ਤੇ ਉਹ ਸਰਦਾਰ ਹੋਰੀ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਉਹਨਾਂ ਦੀ ਕੋਠੀ ਵੇਖਣ ਵਾਸਤੇ ਆ ਗਏ ਉਨਾਂ ਆਖਿਆ ਯਾਰਰ ਨਾਮ ਸੈਂਬ ਬੜੀ ਬੜੀ ਮੁਬਾਰਕ ਹੋਵੇ ਬੜੀ ਸੋਹਣੀ ਵਿਹਲੀ ਮਾਸ਼ਾਅੱਲਾ ਬੜਾ ਵੱਡਾ ਫਾਰਮ ਹਾਊਸ ਬਣਾਇਆ ਮੈਨੂੰ ਪਤਾ ਲੱਗਾ ਸੀ ਤੇ ਮੈਂ ਰਹਿ ਨਹੀਂ ਸਕਿਆ ਮੈਂ ਤੈਨੂੰ ਵਧਾਈ ਦੇਣ ਆ ਗਿਆ ਸਰਦਾਰ ਹੋਰੀ ਜਿਹੜੇ ਸਾਨੂੰ ਬੜੇ ਮਿੱਤਰ ਦੇ ਆਉਣ ਤੇ ਰਾਜ਼ੀ ਹੋਏ ਬੜੀ ਉਦੀ ਆਦਰ ਭਾ ਕੀਤੀ ਉਹਦੀ ਖਿਦਮਤ ਖਾਤਰ ਕੀਤੀ ਉੱਠ ਕੇ ਫਿਰ ਉਹਨੂੰ ਕੋਠੀ ਆਪਣੀ ਵਹਾਉਣ ਲੱਗ ਪਏ ਉਹਨਾਂ ਆਖਿਆ ਹਰਨਾਮ ਸਾਂ ਮੈਂ ਵੀ ਆਪਣੀ ਕੋਠੀ ਦੇ ਵਿੱਚ ਤਰੇ ਸਵਿਮਿੰਗ ਪੂਲ ਬਣਾਏ ਨੇ ਉਹ ਜਿਹੜਾ ਦੋਸਤ ਮਿੱਤਰ ਮਿਲਣ ਆਇਆ ਸੀ ਕੋਠੀ ਵੇਖਣ ਆਇਆ ਸੀ ਉਹਨੇ ਆਖਿਆ ਤਰੇ ਕਿਉਂ ਬਣਾਏ ਨੇ ਉਹਨਾਂ ਆਖਿਆ ਵੀ ਜੇ ਮੇਰਾ ਦਿਲ ਮੰਨੇ ਵੀ ਮੈਂ ਅਜ ਕੋਸੇ ਪਾਣੀ ਨਾਲ ਨਹਾਉਣਾ ਹੈ ਗਰਮ ਪਾਣੀ ਨਾਲ ਨੇਮ ਗਰਮ ਨੂੰ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਚ ਕੋਸਾ ਆਖਦੇ ਆ ਉਹਨਾਂ ਕਹੇ ਜੇ ਮੇਰਾ ਮੇਤਰਾ ਦਿਲ ਮੰਨੇ ਵੀ ਮੈਂ ਅੱਜ ਕੋਸੇ ਪਾਣੀ ਨਾਲ ਨਹਾਉਣਾ ਤੇ ਮੈਂ ਇਸ ਤਲਾਹ ਦੇ ਵਿੱਚ ਨਹਾ ਲੈਣਾ ਤੇ ਉਹਨੇ ਆਖਿਆ ਤੇ ਦੂਜਾ ਤਲਾਹ ਉਹਨੇ ਆਖਿਆ ਦੂਜਾ ਇਸ ਲਈ ਵੀ ਕਿਸੇ ਵੇਲੇ ਦਿਲ ਮੰਨੇ ਵੀ ਅੱਜ ਠੰਡੇ ਪਾਣੀ ਨਾਲ ਇਸ਼ਨਾਨ ਕਰੀਏ ਤਾਰੀਆਂ ਲਾਈਏ ਤੇ ਉਦੋਂ ਫਿਰ ਮੈਂ ਠੰਡੇ ਪਾਣੀ ਵਾਲੇ ਤਲਾਹ 'ਚ ਨਹਾ ਲੈਣਾ ਤੇ ਉਹ ਜਿਹੜਾ ਮਿੱਤਰ ਕੋਠੀ ਵੇਖਣ ਆਇਆ ਸੀ ਹੈਰਾਨ ਹੋ ਕੇ ਉਹਨੇ ਪੁੱਛਿਆ ਉਹਨੇ ਆਖਿਆ ਤੇ ਸਰਦਾਰ ਜੀ ਇਹ ਤੀਸਰਾ ਪੂਲ ਕਾ ਦੇ ਲਈ ਬਣਵਾਇਆ ਜੇ ਇਸ ਪੌਂਡ ਦਾ ਕੀ ਮਕਸਦ ਹੈ ਉਹਨਾਂ ਆਖਿਆ ਯਾਰ ਸੱਜਣਾ ਕਿੱਡਾ ਤੂੰ ਪੋਲਾ ਹੈ ਉਹ ਕਿਸੇ ਲਈ ਨਹੀਂ ਵੀ ਨਹਾਉਣਾ ਹੁੰਦਾ ਇਸ ਲਈ ਇਹ ਬਣਵਾਇਆ ਤੇ ਪਿਆਰਿਓ ਗੱਲ ਤੇ ਇਹ ਹੋਵੇ ਵੀ ਜਦੋਂ ਜਲਾਸ ਹੀ ਨਹੀਂ ਹੋਇਆ ਤੇ ਫੇਰ ਕਿੱਥੇ ਖਰਚੇ ਗਏ 14 ਕਰੋੜ ਦੇ 55 ਲੱਖ ਰੁਪਏ ਇਹ ਕਿਹੜੀ ਮੱਦ ਵਿੱਚ ਗਏ ਹੁਣ ਅਗਲੇ ਵੀ ਦੋ ਚਾਰ ਖਰਚੇ ਹੋਰ ਸੁਣ ਲਵੋ ਕੌਮੀ ਅਸੈਂਬਲੀ ਮੌਜੂਦ ਕੋਈ ਨਹੀਂ ਜੇ ਇਹਨੂੰ ਜ਼ਿਹਨ ਚ ਰੱਖਿਆ ਜੇ ਤੇ ਪੈਟਰੋਲੀਅਮ ਦੀ ਮਸਲੂਆਤ ਦੀ ਮੱਦਦ ਦੇ ਵਿੱਚ 3 ਕਰੋੜ ਤੇ 79 ਲੱਖ ਰੁਪਈਆ ਖਰਚਾ ਆਇਆ ਪਿਆਰੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸੈਕਟਰੀਏਟ ਦੇ ਵਿੱਚ ਤੇ 3 ਕਰੋੜ ਤੇ 39 ਲੱਖ ਰੁਪਈਆ ਖਾਣੇ ਦਾ ਖਰਚਾ ਆ ਗਿਆ ਯਾਨੀ 3 ਕਰੋੜ 39 ਲੱਖ ਦਾ ਟੁੱਕਰ ਪਾੜਿਆ ਗਿਆ ਤੇ 9 ਕਰੋੜ 56 ਲੱਖ ਹੁਕਾਮ ਜਿਹੜੇ ਨੇ ਅਫਸਰਾਨ ਉਹਨਾਂ ਦੇ ਬੈਰੂਨ ਮਮਾਲਕ ਦੇ ਦੌਰਿਆਂ ਦੇ ਉੱਤੇ ਖਰਚਾ ਆ ਗਿਆ ਜੀ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਵਫੂਦ ਆਏ ਨੇ 12 ਪਾਕਿਸਤਾਨ ਦੀ ਜ਼ਿਆਰਤ ਕਰਨ ਇਸ ਪਾਕ ਦੇਸ਼ ਦੀ ਉਹਨਾਂ ਦੇ ਉੱਤੇ ਪਿਆਰਿਓ 68 ਲੱਖ ਤੇ 41000 ਰੁਪਇਆ ਖਰਚਾ ਆਇਆ ਹੁਣ ਤੁਸੀਂ ਵੇਖੋ ਕਿ 6 ਮਹੀਨਿਆਂ ਤੋਂ ਕੌਮੀ ਅਸੈਂਬਲੀ ਮੌਜੂਦ ਕੋਈ ਨਹੀਂ ਤੇ 2 ਅਰਬ ਤੇ 69 ਲੱਖ ਰੁਪਇਆ ਆਵਾਮ ਦੇ ਖਾਦਮਾਂ ਦਾ ਅਫਸਰ شاہੀ ਦਾ ਨੌਕਰ شاہੀ ਦਾ ਸਿਵਲ ਸਰਵੈਂਟਸ ਦਾ ਖਰਚਾ ਹੈ ਤਗਰੀਬ ਆਵਾਮ ਜਿਹੜੀ ਪਿਛਲੇ 45 ਸਾਲਾਂ ਤੋਂ ਜਿਹਦਾ ਕੱਖ ਕੰਨਾ ਨਹੀਂ ਰਿਹਾ ਨਾ ਕਿਸੇ ਦਾ ਕੋਈ ਕਾਰੋਬਾਰ ਰਿਆ ਲੋਕਾਂ ਬੱਚੇ ਸਕੂਲਾਂ ਤੋਂ ਉਠਾ ਲੈਨੇ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਪਿਆਰਿਓ ਯੂਟਿਲਿਟੀ ਬਿਲਜ਼ ਖੁਦਾ ਰਸੂਲ ਜਾਣਦਾ ਜੇ ਪਾਕਿਸਤਾਨ ਦੇ ਬਹੁਤ ਸਾਰੇ ਆਵਾਮ ਅਜੇ ਨੇ 50 ਕਰੋੜਾਂ ਦੇ ਵਿੱਚੋਂ ਕੋ 15 ਕਰੋੜ ਜਿਹੜੇ ਨੇ ਬਿੱਲ ਦੇਣ ਤੋਂ ਆਵਾਜ਼ ਆ ਰਹੀ ਲੋਕੀ ਆਪਣੇ ਕਨੈਕਸ਼ਨਸ ਕਟਵਾਉਂਦੇ ਫਿਰਦੇ ਨੇ ਕੋਈ ਸਾਡੇ ਕੋਲ ਬਿਜਲੀ ਨਹੀਂ ਬਾਲੀ ਜਾ ਸਕਦੀ ਆਵਾਮ ਨੂੰ ਪੱਥਰ ਦੇ ਦੌਰ ਦੇ ਵਿੱਚ ਧੱਕ ਕੇ ਪਿਛਾਂ ਤੇ ਆਪ ਇੱਕ ਅਜੇ ادارے ਦੇ ਵਿੱਚ ਜਿਹੜਾ ਇਸ ਪਾਕਿਸਤਾਨ ਦਾ ਬੜਾ ਹੀ ਮੋਤਬਰ ਬੜਾ ਮਉਜ਼ਜ਼ ਇਦਾਰਾ ਹੈ ਸਾਡੀ ਕੌਮੀ ਅਸੈਂਬਲੀ ਉਹਦੇ ਵਿੱਚ ਬੈਠੇ ਅਫਸਰਾਨ ਤੇ ਮੁਲਾਜ਼ਮੀਨ ਵੇਖੋ ਮੁਲਕ ਦੇ ਨਾਲ ਤੇ ਆਵਾਮ ਨਾਲ ਕੀ ਪੈ ਕਰਦੇ ਨੇ ਪਿਆਰਿਓ ਇੱਥੇ ਮੈਨੂੰ ਬਾਬਾ ਜੀ ਅਬੀਰ ਅਬੂ ਜ਼ਰੀ ਦੇ ਕੁਝ ਸ਼ੇਰ ਯਾਦ ਆ ਗਏ ਨੇ ਉਹ ਮੈਂ ਤੁਹਾਡੀ ਖidmat ਦੇ ਵਿੱਚ ਤੁਹਾਡੀ ਇਜਾਜ਼ਤ ਦੇ ਨਾਲ ਪੇਸ਼ ਕਰਾਂਗਾ ਬਾਬੇ ਉਰੀ ਲਹਿਤੇ ਨੇ ਪਈ ਮਿਹਨਤ ਵੱਧ ਤੇ ਘਾਟ ਵਜਾਨਾ ਕੀ ਕਰੀਏ ਅਬ ਵੰਡੇ ਆਉਂਦਾ ਆਨਾ ਆਨਾ ਕੀ ਕਰੀਏ ਬੱਚੇ ਸੁੱਕ ਸੁੱਕ ਹੋ ਗਏ ਕਾਨਾ ਕੀ ਕਰੀਏ ਤੇ ਲੱਕੋਂ ਭਾਏ ਆਈਆਂ ਜਾਨਾਂ ਕੀ ਕਰੀਏ ਮੇਰੇ ਦੇਸ-ਦਿਆ ਨਿਗਰਾਨਾ ਕੀ ਕਰੀਏ ਤੇ ਕੌਮ ਦਿਆ ਹਮਦਰਦ ਇਨਸਾਨਾਂ ਕੀ ਕਰੀਏ ਉਹ ਕੀ ਭਾ ਵਕਦਾਏ ਦਾਲ ਤੇ ਆਟਾ ਝਾਤੀ ਭਾ ਸੌ ਦਾ ਵੰਜ 95 ਕਾਟਾ ਝਾਤੀ ਭਾ ਔਰ ਰੁੱਲਦੀ ਦਾੜੀ ਖਸਦਾ ਝਾਟਾ ਝਾਤੀ ਭਾ ਤੇ ਹੋ ਗਿਆ ਹੁਣ ਉल्लू ਬਾਟਾ ਛਾਤੀ ਪਾ ਤੇ ਸਾਡਾ ਵੀ ਕੁਝ ਸੋਚ ਜਵਾਨਾ ਕੀ ਕਰੀਏ ਉਹ ਸਾਡੇ ਦੇਸ਼デア ਨਿਗਰਾਨਾ ਕੀ ਕਰੀਏ ਤੇ ਛੋਟੇ ਚੌਨ ਨੂੰ ਜੀ ਕਰਦਾ ਏ ਸਾਡਾ ਵੀ ਤੇ ਮੋਟੇ ਹੌਨ ਨੂੰ ਜੀ ਕਰਦਾ ਏ ਸਾਡਾ ਵੀ ਕਿਤੇ ਬਹਿਣ ਖਲੋਨ ਨੂੰ ਜੀ ਕਰਦਾ ਏ ਸਾਡਾ ਵੀ ਤੇ ਧੋਨੇ ਤੁਨ ਨੂੰ ਜੀ ਕਰਦਾ ਏ ਸਾਡਾ ਵੀ ਪਰ ਬਿਨ ਇਮਦਾਦਾਂ ਬਿਨ ਸਮਿਆਨਾ ਕੀ ਕਰੀਏ ਉਹ ਸਾਡੇ ਦੇਸデア ਨਿਗਰਾਨਾ ਕੀ ਕਰੀਏ ਤੇ ਕੰਦਾਂ ਦੇ ਵਿੱਚ ਪੈ ਗਏ ਪਾੜੇ ਲੁੱਟੇ ਗਏ ਤੇ ਚਿੱਟੇ ਚਾਨਣ ਦਿਨੇ ਦਿਹਾੜੇ ਲੁੱਟੇ ਗਏ ਤੇ ਨੇੜੇ ਹੋ ਕੇ ਸੁਣ ਜਾ ਹਾੜੇ ਲੁੱਟੇ ਗਏ ਇਹਨਾਂ ਅਫਸਰਾਂ ਹੱਥੋਂ ਅਸੀਂ ਵਿਚਾਰੇ ਲੁੱਟੇ ਗਏ ਤੇ ਇਸ ਤਰੱਕੀ ਦਾ ਸ਼ੁਕਰਾਨਾ ਕੀ ਕਰੀਏ ਉਹ ਸਾਡੇ ਦੇਸ਼ ਦੇ ਆ ਨਿਗਰਾਨਾ ਕੀ ਕਰੀਏ ਤੇ ਕੌਮ ਦੇ ਆ ਹਮਦਰਦ ਇਨਸਾਨਾਂ ਕੀ ਕਰੀਏ ਪਿਆਰੇ ਵੇਖਣ ਵਾਲਿਓ ਕੌਮੀ ਅਸੈਂਬਲੀ ਵਰਗੇ ادارے ਦੇ ਵਿੱਚ ਵੱਡੇ ਵੱਡੇ ਸਿਵਲ ਸਰਵੈਂਟਸ ਦੇ ਹੱਥੋਂ 2 ਅਰਬ ਤੇ 93 ਲੱਖ ਦੀ ਪੈਣ ਵਾਲੀ ਇਸ ਵਾਰਦਾਤ ਦੇ ਰੱਦੇ ਅਮਲ ਦੇ ਤੌਰ ਤੇ ਗਰੀਬ ਆਵਾਮ ਦੀ ਤਰਜਮਾਨੀ ਕਰਦਿਆਂ ਹੋਇਆਂ ਇਹ ਬਾਬਾ ਜੀ ਦੀ ਨਜ਼ਮ ਮੈਂ ਤੁਹਾਡੇ ਹਜ਼ੂਰ ਪੇਸ਼ ਕੀਤੀ ਹੈ ਤੇ ਜੇ ਸਮਝਣ ਤੇ ਆਪਣੇ ਵਜ਼ੀਰ اعظم ਸਾਹਿਬ ਦੇ ਹਜ਼ੂਰ ਵੀ ਇਹ ਮੇਰੀ ਅਪੀਲ ਹੈ ਇਹ ਨਜ਼ਮ ਨਹੀਂ ਇਹ عوام ਵੱਲੋਂ ਇੱਕ ਗੁਜ਼ਾਰਿਸ਼ ਹੈ ਕਿ ਬراہੇ ਕਰਮ ਸਾਡੇ ਬਿੱਲਾਂ ਦੇ ਵਿੱਚ ਪਰ ਯੂਨਿਟ 4 ਰੁਪਏ ਤੇ 12 ਪੈਸੇ ਵਾਧਾ ਕਰਨ ਦੀ ਬਜਾਏ ਇਹੋ ਜੇ ਖੱਪੇ ਮੇਲੋ ਆ ਜਿਹੜਾ 2 ਅਰਬ ਤੇ 69 ਲੱਖ ਦਾ ਖਪਾ ਵਜਾ ਅਸੈਂਬਲੀ ਦੇ ਵਿੱਚ ਜਿਹੜੀ ਅਸੈਂਬਲੀ ਕਿ ਹੈ ਹੀ ਕੋਈ ਨਹੀਂ ਮੁਲਕ ਦੇ ਹੁਕਮਰਾਨ ਤੇ ਅਸਲੇ ਤੁਸੀਂ ਹੋ ਕੌਮੀ ਸਭਲਿਤ ਤੇ ਤਹਿਲੀਲ ਹੋ ਚੁਕੀ ਹੋਈ ਹੈ ਤੇ ਇਹ 2 ਅਰਬ ਤੇ 69 ਲੱਖ ਰਿਕਵਰ ਕਰਕੇ ਕੌਮੀ ਖਜ਼ਾਨੇ ਚ ਜਮਾ ਕਰਾ ਲਓ ਤੇ ਸਾਡਾ ਬਿੱਲ ਮਾਫ ਕਰੋ ਗਰੀਬਾਂ ਦੇ ਬਿੱਲ ਪਰ ਯੂਨਿਟ 4 ਰੁਪਏ 12 ਪੈਸੇ ਨਾ ਵਧਾਓ ਅੱਲਾ ਤੁਹਾਡੀ ਖੈਰ ਕਰੇ ਅਸੀਂ ਤੇ ਅੱਗੇ ਹੀ ਗਰੀਬੀ ਤੇ ਭੁੱਖ ਤੇ ਬੇਰੋਜ਼ਗਾਰੀ ਹੱਥੋਂ ਮਰਨ ਡੇ ਕਿਸੇ ਦਾ ਨਾ ਕਾਰੋਬਾਰ ਚੱਲਦਾ ਪੂਰਾ ਪੂਰਾ ਦਿਹਾੜਾ ਦੁਕਾਨਦਾਰ ਦੁਕਾਨਾਂ ਖੋਲ ਕੇ ਬਹਿ ਰਹੇ ਨੇ ਗਾਹਕ ਨਹੀਂ ਵੜਦਾ ਕਵਤੇ ਖਰੀਦ ਖਤਮ ਹੋ ਚੁਕੀ ਹੋਈ ਏ ਕਿਸੇ ਦੇ ਪੱਲੇ ਪੈਸੇ ਹੋਣ ਤੇ ਆ ਕੇ ਕੋਈ ਸ਼ੈ ਖਰੀਦੇ ਰੋਟੀ ਪੂਰੀ ਨਹੀਂ ਹੁੰਦੀ ਪਈ ਵਜ਼ੀਰ ਆਜ਼ਮ ਸਾਹਿਬ ਪਰ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਜਾਣ ਸਕਦੇ ਆਪ ਕਿਹਾ ਜਾਣੇ ਕਿ ਕਿਆ ਹੁੰਦੀ ਹੈ ਸ਼ਬ ਕੀ ਤਲਖੀਆਂ ਆਪਕੇ ਘਰ ਚਾਂਦਨੀ ਬਨਕਰ ਉਤਰ ਜਾਂਦੀ ਹੈ ਰਾਤ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ-ਮਗਫੂਰ ਫਰਮਾ ਗਏ ਸਨ ਹੁਕਮਰਾਨਾਂ ਦੇ ਲਈ ਭਈ ਤੂੰ ਕੀ ਜਾਣੇ ਭੁੱਖ ਨੰਗ ਨੂੰ ਤੂੰ ਕੀ ਜਾਣੇ ਤੰਗੀ ਤੇ ਤੂੰ ਕੀ ਜਾਣੇ ਕਿਵੇਂ ਗੁਜ਼ਾਰੇ ਖਲਕਤ ਭੁੱਖੀ ਨੰਗੀ ਪਿਆਰਿਓ ਇਨਾਂ ਹੀ ਗੁਜ਼ਾਰਸ਼ਾਤ ਦੇ ਨਾਲ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗਾ ਪਰ ਜਾਂਦਿਆਂ ਜਾਂਦਿਆਂ ਤੁਹਾਨੂੰ ਇਹ ਗੱਲ ਜ਼ਰੂਰ ਚੇਤੇ ਫੇਰ ਕਰਵਾਵਾਂਗਾ ਕਿ ਪਿਆਰਿਓ ਖੁਦਾ ਨੇ ਅਜ ਤੱਕ ਉਸ ਕੌਮ ਕੀ ਹਾਲਤ ਨਹੀਂ ਬਦਲੀ ਨਾ ਉਹ ਜਿਸ ਕੋ ਖਿਆਲ ਆਪ ਆਪਣੀ ਹਾਲਤ ਕੇ ਬਦਲਨੇ ਦਾ ਤੇ ਐਤ ਕੀ ਅੱਲਾ ਪਾਕ ਮੌਕਾ ਜੇ ਤੁਹਾਨੂੰ ਦਿੱਤਾ ਆਪਣੀ ਤੇ ਆਪਣੀ نسل ਦੀ ਆ인다 نسل ਦੀ ਹਾਲਤ ਸਵਾਰਨ ਦਾ ਇਨਾ ਨਾਮ ਨਿਹਾਦ ਆਵਾਮੀ ਖਾਦਮੀਆਂ ਦੇ ਕੋਲੋਂ ਜਾਣ ਛਡਾਓ ਤੇ مستحق ਤੇ ਅਹਲ ਜਿਹੜੇ ਇਸਤਿਹਾਕ ਰੱਖਦੇ ਨੇ ਜਿਹੜੇ ਅਹਲਿਅਤ ਰੱਖਦੇ ਨੇ ਜਿਹੜੇ ਕਾਬਲੀਅਤ ਰੱਖਦੇ ਨੇ ਅਜਿਹਾਂ ਲੋਕਾਂ ਨੂੰ ਮੁੰਤਖਬ ਕਰੋ ਤਾਂ ਕਿ ਅੱਲਾਹ ਪਾਕ ਸੱਚਾ ਤੁਹਾਡੀ ਸਾਡੀ ਤੇ ਸਾਡੇ ਪਾਕਿਸਤਾਨ ਦੀ ਹਾਲਤ ਬਦਲ ਦੇਵੇ ਖੁਸ਼ਹਾਲੀ ਆ ਜਾਵੇ ਪਰ ਇਹ ਕੰਮ ਸਟਾਰਟ ਤੁਸਾਂ ਤੇ ਅਸਾਂ ਆਪੋ ਹੀ ਕਰਨਾ ਹੈ ਪਹਿਲਾ ਕਦਮ ਅਸਾਂ ਹੀ ਚੁੱਕਣਾ ਹੈ ਅੱਲਾ ਪਾਕ ਸੱਚਾ ਸਾਨੂੰ ਭਲੇ ਲੋਕਾਂ ਦਾ ਇੰਤਿਹਾਬ ਕਰਨ ਦੀ ਤੋਫੀਕ عطا فرمਾਏ ਜ਼ਾਤਾਂ ਬਰਾਦਰੀਆਂ ਤੋਂ ਬਾਲਾ ਹੋ ਕੇ ਪਿਆਰਿਓ ਕਿਸੇ ਦੇ ਪ੍ਰੈਸ਼ਰ ਤੋਂ ਉਤਾ ਉੱਠ ਕੇ ਅੱਲਾ ਪਾਕ ਤੇ نبی پاک ਦੀ ਤਰਕੜੀ ਦੇ ਵਿੱਚ ਤੋਲ ਕੇ ਉਹਨਾਂ ਦੇ ਹੁਕਮਾਂ ਦੇ ਤਰਾਜ਼ੂ ਦੇ ਵਿੱਚ ਤੋਲ ਕੇ ਬੰਦੇ منتخب ਕਰੋ ਇਹਦੇ ਨਾਲ ਹੀ ਹੁਣ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਅੱਲਾ ਬੇਲੀ